ਅਸਲਾਮ ਵਾਲੇਕਮ, ਆਓ ਜੀ ਤੁਹਾਨੂੰ ਹੁਣ ਥੋੜ੍ਹਾ ਜਿਹਾ ਪਿੰਡ ਦਾ ਮਾਹੌਲ ਵਾਹੁੰਦੇ ਹਾਂ। ਇਹ ਵੇਖੋ, ਇਹ ਅੱਜ ਪੀਟਰ ਚਲਾ ਲੱਗੇ 1965 ਜਿਹੜੇ ਅੰਗਰੇਜ਼ ਛੱਡ ਗਏ ਭੈਣ ਚੋ ਸਾਡੇ ਆਸੇ, ਇਹ ਸਟਾਰਟ ਕਰਨ ਤੋਂ ਉਹਨਾਂ ਕਿਹਾ ਚਲੋ ਮਗਰ ਜਿਹੜੇ ਨੇ ਇਹ ਜ਼ਲੀਲ ਹੋਣ ਪਏ ਤਾਂ ਘੰਟਾ ਕੁ ਹੋ ਗਿਆ ਲੱਗੇ ਆ, ਚਲੋ ਚਲਾ ਕੇ ਨਾ ਲਈਏ। ਅਤੇ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਅੱਜ ਹੋ ਜਾਵੇ ਕੋਈ ਕਦੀ ਇਹਦਾ ਪੇਚ, ਇਹਦਾ ਤੇਲ ਦਾ ਬੜਾ ਸਿਸਟਮ ਜੇ ਮੈਂ ਨਾ ਤੁਸੀਂ ਗੱਲ ਹੀ ਛੱਡ ਦਿਓ। ਇਹ ਵੇਖੋ ਜੀ ਜਨਾਬ, ਇਹ ਇਹ ਤੇਲ ਦਾ ਸਿਸਟਮ, ਇਹਦਾ ਇਹ ਕਹਿਣ ਲੱਗੀ। ਇਹ ਵੇਖੋ, ਇਹ ਵੇਖੋ, ਇਹ ਵੇਖੋ ਜ਼ਰਾ ਤੁਸੀਂ, ਇਹ ਅਸੀਂ ਨਾ 8-9 ਬੰਦੇ ਨੂੰ ਸਟਾਰਟ ਕਰ ਰਹੇ ਹਾਂ, ਨਹਾਉਣ 'ਤੇ ਦਿਲ ਕਰ ਬੈਠਾ, ਕਹਾਂ ਕਿ ਚਲੋ ਪੀਟਰ 'ਤੇ ਨਹਾਉਂਦੇ ਹਾਂ। ਇਹ ਟੈਂਕੀ ਮੇਰੀ ਜਿਹੜੀ ਭੈਣ ਜੰਗ 'ਚ ਸੰਭਾਲ ਕੀਤੀ ਸੀ ਨਾ, ਉਹ ਹੀ ਉਦੋਂ ਦੀ ਵਾਲੀ। ਇਹ ਜੇ ਜੀ ਇਹ ਮਾਸ਼ਾਅੱਲਾ, ਲੇਕਿਨ ਇਹ ਮਾਹੌਲ ਤਾਂ ਮੈਂ ਨਾ ਬਹੁਤ ਹੀ ਪਿਆਰਾ, ਚਲੋ ਮਜ਼ਾਕ ਆਪਣੀ ਜਗ੍ਹਾ ਹੋ ਗਿਆ, ਵੇਖੋ ਜ਼ਰਾ ਪਿੰਡ ਦਾ ਮਾਹੌਲ। ਅਤੇ ਫਿਰ ਉਹਨੇ ਆਖਿਆ ਇਹ ਨਾ ਬਾਂਸ ਨੇ, ਇਹਦੇ ਵਿੱਚ ਵੇਖੋ ਇਹ ਆਲਣਾ ਬਣਿਆ ਗੋਗਰ ਕਾਂ ਦਾ, ਜੇ ਤੁਹਾਨੂੰ ਦਿਸ ਪਏ ਤਾਂ ਹਾਲੇ ਤਾਂ ਮੈਨੂੰ ਵੀ ਨਹੀਂ ਸਹੀ ਦਿਸਿਆ ਇਹਦੇ 'ਚ। ਤੁਹਾਨੂੰ ਇਹਦੀ ਵੀਡੀਓ ਬਣਾ ਕੇ ਬਹਾਨੇ ਆ, ਜੇ ਨਾ ਹੋਇਆ ਤੇ ਚਲੋ ਫਿਰ ਫਿਰਦੇ ਤੇ ਅੱਗੇ ਹੀ ਆਇਆ ਆਪਣੇ। ਇਹ ਵੇਖੋ ਮਾਸ਼ਾਅੱਲਾ ਪਿੰਡ ਦਾ ਮਾਹੌਲ, ਤੇ ਫਿਰ ਪਿੰਡ ਦਾ ਹੀ ਹੈ ਨਾ। ਤੇ ਮੈਂ ਕਿਹਾ ਨਿੱਕਾ ਜਿਹਾ ਪੰਜਾਬੀ ਵਲੌਗ ਬਣਾ ਕੇ ਤੁਹਾਨੂੰ ਫਾਈਏ। ਜਾਮ ਨੂੰ ਮਾਸ਼ਾਅੱਲਾ ਬੜਾ ਜਿਹਾ ਹੀ ਫਲ ਲੱਗਾ ਜੇ, ਤੇ ਹਾਲੇ ਪੱਕਣੇ ਅਗਲੇ ਮਹੀਨੇ ਨੇ। ਅਮਰੂਦ, ਟਾਹਲੀ, ਇਹ ਪਿੰਡ ਵਾਲਿਆਂ ਨੂੰ ਤਾਂ ਜ਼ਿਆਦਾਤਰ ਪਤਾ ਇਹ ਮਾਹੌਲ ਦਾ। ਮੈਂ ਕਿਹਾ ਜ਼ਰਾ ਆਪਣੇ ਦੂਜੇ ਭਰਾਵਾਂ ਨੂੰ ਵਿਖਾ ਦਈਏ। ਇਹ ਵੇਖੋ ਐਂ ਅੰਬ ਮਾਸ਼ਾਅੱਲਾ। ਚਲੋ ਜੀ ਠੀਕ, ਹੁਣ ਅਸੀਂ ਜ਼ਰਾ ਪੀਟਰ 'ਤੇ ਫਿਰ ਮਿਹਨਤ ਕਰ ਲਈਏ, ਅਤੇ ਜੇ ਕੁਛ ਹੁੰਦਾ ਤਾਂ ਫਿਰ ਵੀਡੀਓ ਬਣਾਉਂਦੇ ਹਾਂ ਇਨਸ਼ਾਅੱਲਾ।